ਚ ਅੱਗ ਬਣੀ, ਤਿੰਨ ਮੌਤਾਂ ਦਾ ਕਾਰਨ, ਹਾਦਸੇ ਚ ਪਰਿਵਾਰ ਹੋਇਆ ਖਤਮ, ਸੜਕ ਤੇ ਵੇਖੋ ਕਿਵੇਂ ਵਿਛੀਆਂ ਲਾਸ਼ਾਂ, 3 ਸਾਲ ਦੇ ਬੱਚੇ ਦੀ ਵੀ ਹਾਦਸੇ ਚ ਗਈ ਜਾਨ। ਦੱਸਦੇ ਕਿ ਕਣਕ ਦੀ ਨਾੜ ਦੇ ਵਿੱਚ ਅੱਗ ਲੱਗਣ ਦੇ ਕਾਰਨ ਸੜਕ ਤੇ ਧੂੰਆਂ ਫੈਲ ਜਾਂਦਾ ਹੈ, ਜਿਸ ਕਾਰਨ ਅਣਪਛਾਤੇ ਵਾਹਨਾਂ ਦੀ ਮੋਟਰਸਾਈਕਲ ਦੇ ਨਾਲ ਟੱਕਰ ਹੋ ਜਾਂਦੀ ਹੈ, ਜਿਸ ਦੇ ਵਿੱਚ ਪਿਓ, ਪੁੱਤ ਅਤੇ ਦਾਦੀ ਦੀ ਮੌਕੇ ਤੇ ਹੀ ਮੌਤ ਹੋ ਗਈ। ਦੱਸਦੇ ਕਿ ਕਿਸੇ ਕਿਸਾਨ ਨੇ ਆਪਣੇ ਖੇਤਾਂ ਦੇ ਵਿੱਚ ਕਣਕ ਦੀ ਨਾੜ ਨੂੰ ਅੱਗ ਲਗਾਈ ਸੀ ਤਾਂ ਅੱਗ ਦਾ ਧੂੰਆਂ ਉਸ ਸੜਕ ਤੇ ਪੂਰਾ ਫੈਲ ਜਾਂਦਾ ਹੈ ਤਾਂ ਸਾਹਮਣੇ ਵਾਹਨਾਂ ਨੂੰ ਨਹੀਂ ਦਿਖਦਾ ਕਿ ਕੌਣ ਆ ਰਿਹਾ, ਜਿਸ ਕਾਰਨ ਇਹਨਾਂ ਦੀ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਹੈ ਤੇ ਮੋਟਰਸਾਈਕਲ ਤੇ 3 ਸਵਾਰ, ਪਿਓ, ਪੁੱਤ ਅਤੇ ਦਾਦੀ ਦੀ ਮੌਤ ਹੋ ਗਈ ਹੈ ਤਾਂ ਸੜਕ ਤੇ ਇਹਨਾਂ ਦੀਆਂ ਲਾਸ਼ਾਂ ਵਿਛੀਆਂ ਹੋਈਆਂ ਨੇ ਤਾਂ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਵੇਖ ਸਕਦੇ ਹੋ ਕਿੰਨਾ ਭਿਆਨਕ ਇਹ ਹਾਦਸਾ ਸੀ, ਜਿਸ ਦੇ ਵਿੱਚ ਕਣਕ ਦੀ ਨਾੜ ਨੂੰ ਅੱਗ ਲੱਗੀ ਸੀ, ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰ ਗਿਆ ਤਾਂ 3 ਪਰਿਵਾਰ ਮੈਂਬਰਾਂ ਦੀ ਇਸ ਦੇ ਵਿੱਚ ਜਾਨ ਚਲੀ ਗਈ ਤਾਂ 3 ਸਾਲ ਦਾ ਬੱਚਾ ਸੀ ਤਾਂ ਉਹ ਵੀ ਮੌਕੇ ਤੇ ਹੀ ਖਤਮ ਹੋ ਗਿਆ। ਤਾਂ ਸੂਚਨਾ ਮਿਲਣ ਤੇ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ, ਜਿਨ੍ਹਾਂ ਦੇ ਵੱਲੋਂ ਤੁਰੰਤ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਭਿਜਵਾ ਦਿੱਤਾ ਜਾਂਦਾ ਹੈ। ਪਰ ਇਸ ਹਾਦਸੇ ਦੇ ਵਿੱਚ ਇਹ ਪਰਿਵਾਰ ਖਤਮ ਹੋ ਗਿਆ ਕਿਉਂਕਿ ਪਿਓ, ਦਾਦੀ ਅਤੇ ਬੱਚੇ ਦੀ ਇਸ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕਣਕ ਦੀ ਨਾੜ ਦੇ ਵਿੱਚ ਅੱਗ ਲੱਗੀ ਸੀ ਤਾਂ ਮੌਕੇ ਤੇ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਸ ਦੇ ਵਿੱਚ ਵੀ ਇਹ ਧੂੰਆਂ ਤੁਸੀਂ ਵੇਖ ਸਕਦੇ ਹੋ ਕਿਵੇਂ ਪੂਰੀ ਸੜਕ ਦੇ ਉੱਤੇ ਫੈਲਿਆ ਹੋਇਆ। ਤਾਂ ਇਸ ਕਾਰਨ ਇਹ ਵੱਡਾ ਹਾਦਸਾ ਵਾਪਰ ਗਿਆ ਕਿਉਂਕਿ ਸਾਹਮਣੇ ਤੋਂ ਉਹਨਾਂ ਨੂੰ ਕੁਝ ਵੀ ਨਹੀਂ ਦਿਖ ਰਿਹਾ ਸੀ, ਜਿਸ ਕਾਰਨ ਹਾਦਸਾ ਵਾਪਰ ਗਿਆ ਤੇ 3 ਕੀਮਤੀ ਜਾਨਾਂ ਚਲੀਆਂ ਗਈਆਂ। ਦੱਸਦੇ ਕਿ ਹਾਦਸਾ ਬਿਆਸ ਦੇ ਨਜ਼ਦੀਕ ਹੋਇਆ, ਜਿੱਥੇ ਕਣਕ ਦੀ ਨਾੜ ਨੂੰ ਅੱਗ ਦੇ ਕਾਰਨ 3 ਕੀਮਤੀ ਜਾਨਾਂ ਚਲੀਆਂ ਗਈਆਂ, ਜਿਸ ਦੇ ਵਿੱਚ ਇੱਕ 3 ਸਾਲ ਦਾ ਬੱਚਾ ਵੀ ਸ਼ਾਮਿਲ ਸੀ। ਦੇ ਡੈਡੀ ਦੇ ਮਾਮੇ ਦੇ ਬੇਟਾ ਵਾ, ਜਿਹਦੀ ਡੈਥ ਹੋਈ ਆ, ਗਾੜੀ ਉਹਦਾ ਬੇਟਾ ਸੀ, ਨਾਲ ਉਹਦੀ ਮਾਮੀ ਵੀ ਹੈ ਸਾਡੀ ਡੈਡੀ ਦੇ। ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਜੋ ਵੀ ਹਾਦਸਾ ਹੋਇਆ ਇਹਦੇ 'ਚ ਸਾਰਾ ਪਰਿਵਾਰ ਖਤਮ ਹੋ ਚੁੱਕਾ, ਠੀਕ ਹੈ ਜੀ, ਨਾ ਤਾਂ ਵੰਸ਼ ਰਿਹਾ ਅਤੇ ਨਾ ਜਿਹੜਾ ਇਨਕਮ ਕਰਨ ਵਾਲਾ ਸੋਰਸ ਸੀ ਜਾਂ ਕੁਛ ਨਾ ਕੁਛ, ਸਭ ਕੁਛ ਖਤਮ ਹੋ ਚੁੱਕਾ ਪਰਿਵਾਰ ਦਾ। ਪ੍ਰਸ਼ਾਸਨ ਤੋਂ ਮੰਗ ਇਹੀ ਆ ਵੀ ਜਾਂ ਤਾਂ ਜਿੰਨੇ ਮਤਲਬ ਇਹ ਕਾਨੂੰਨੀ ਹਰਕਤ ਕੀਤੀ ਆ, ਹਾਦਸੇ ਦਾ ਜਿਹੜਾ ਮੇਨ ਰੋਲ ਸੀ ਉਹ ਇੱਕ ਟਰੱਕ ਵਾਲਾ ਸੀ, ਜਿੰਨੇ ਉਹਨਾਂ ਨੂੰ ਰਲ ਲਿਆ, ਜਿਹਦੇ ਕਾਰਨ 3 ਦੀ ਮੌਤ ਹੋਈ ਆ, ਉਹਦੇ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਦੂਸਰੀ ਕਾਰਵਾਈ ਹੋਣੀ ਚਾਹੀਦੀ ਆ ਉਸ ਕਿਸਾਨ 'ਤੇ, ਜਿਸ ਕਿਸਾਨ ਨੇ ਬਿਨਾਂ ਸੋਚੇ ਸਮਝੇ ਸਭ ਕੁਛ ਪਾਬੰਦੀਆਂ ਹੋਣ ਦੇ ਬਾਅਦ ਵੀ ਇਹ ਕੰਮ ਕੀਤਾ, ਨਾੜ ਨੂੰ ਅੱਗ ਲਗਾਈ, ਜਿਹਦੀ ਲਪੇਟ 'ਚ ਆਉਣ ਕਾਰਨ ਇੱਕ ਘਰ ਦੇ 3 ਚਿਰਾਗ ਪੁੱਜੇ ਨੇ, ਜਿਹਦੇ ਘਰ ਦੇ ਵਿੱਚ ਕੁਛ ਨਹੀਂ ਰਹਿ ਗਿਆ। ਅਸੀਂ ਵੱਧ ਤੋਂ ਵੱਧ ਇਹੋ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਉਹਨਾਂ ਨੂੰ ਸਖ਼ਤ ਤੋਂ ਸਜ਼ਾ ਹੋਣੀ ਚਾਹੀਦੀ ਆ, ਇਨਸਾਫ ਦਿੱਤਾ ਜਾਵੇ ਪਰਿਵਾਰ ਨੂੰ ਜਿਹੜੇ ਬੱਚੇ ਜੀ ਨਿਕਲ। ਬਿਲਕੁਲ ਖਤਮ ਹੋ ਗਿਆ, ਬਿਲਕੁਲ ਬਿਲਕੁਲ ਕੁਛ ਵੀ ਨਹੀਂ ਜੀ, ਇੱਕ ਜੀ ਰਹਿ ਗਿਆ ਵਾ ਉਸ, ਮਤਲਬ ਸਾਡੇ ਵੀਰ ਦੀ ਵਾਈਫ ਰਹਿ ਗਈ ਜਿਹੜੀ, ਮਗਰ ਉਹ ਕੀ ਕਰ ਸਕਦੀ, ਨਾ ਤਾਂ ਉਹ ਇਨਕਮ ਕਰਦੇ, ਨਾ ਕੋਈ ਇਨਕਮ ਦਾ ਸੋਰਸ ਆ, ਅਤੇ ਨਾ ਕੁਛ ਹੋਰ ਕਰ ਸਕਦੀ ਹੈ। ਇਸ ਚੀਜ਼ ਦੀ ਅਸੀਂ ਇਹੋ ਗੱਲ ਮੰਗ ਕਰਦੇ ਹਾਂ ਸਰਕਾਰ ਕੋਲੋਂ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਜੇ ਇਸ ਘਰ ਦੇ 3 ਜੀ ਚੱਲ ਗਏ ਆ, ਇਹਦਾ ਕੁਛ ਨਾ ਕੁਛ ਤਾਂ ਸੋਚਿਆ ਜਾਵੇ, ਇਕੱਲੀਆਂ ਫੋਕੇ ਵਾਅਦੇ ਨਾ ਰਹਿਣ ਜਾਂ ਫੋਕੀਆਂ ਗੱਲਾਂ ਨਾ ਰਹਿਣ ਸਰਕਾਰ ਦੀਆਂ ਵੀ ਅਸੀਂ ਉਹਦਾ ਸਾਥ ਦੇਵਾਂ, ਕੀ ਸਾਥ ਦੇ ਸਕਦੇ। ਦੇਖੋ ਜੀ, ਹਾਦਸਾ ਇਸ ਤਰ੍ਹਾਂ ਕਿ ਅੱਜ ਦਾ ਜਿਹੜਾ ਬੜਾ ਦਰਦਨਾਕ ਹਾਦਸਾ ਹੈ, ਇਹ ਹਾਦਸੇ ਦਾ ਮੁੱਖ ਕਾਰਨ ਜਿਹੜਾ ਉਹ ਨਾੜਕੇ ਨੂੰ ਅੱਗ ਲਗਾਈ ਹੋਈ ਸੀ, ਬਿਲਕੁਲ ਰੋਡ ਦੇ ਉੱਪਰ ਹਾਦਸਾ ਜਿਹੜਾ ਹੋਇਆ, ਅਤੇ ਬਹੁਤ ਜ਼ਿਆਦਾ ਧੂੰਆਂ ਸੀਗਾ, ਧੂੰਏ ਕਰਕੇ ਜਿਹੜੇ ਇਹ ਮੇਰੇ ਨਾਨਕਾ ਪਰਿਵਾਰ, ਮੇਰੇ ਮਾਮੀ ਜੀ, ਮੇਰਾ ਛੋਟਾ ਬ੍ਰਦਰ ਅਤੇ ਉਹਨਾਂ ਦਾ ਗਾੜੀ ਇੱਕ ਮਾਸੂਮ ਬੱਚਾ ਸੀਗਾ, ਉੱਧਰੋਂ ਆ ਰਹੇ ਸੀ, ਅਤੇ ਹੈਵੀ ਵਹੀਕਲ ਜਿਹੜਾ ਉਹਨਾਂ ਨੂੰ ਉਹ ਧੂੰਏ ਦੀ ਆੜ 'ਚ ਦਰੜ ਕੇ ਚਲਾ ਗਿਆ, ਅਤੇ 3 ਦੀ ਦਰਦਨਾਕ ਮੌਤ ਹੋਈ ਹੈ, ਜਿਹਦੇ ਕਰਕੇ ਪਰਿਵਾਰ ਸਾਰਾ ਸਦਮੇ 'ਚ। ਦੇਖੋ, ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਕਿ ਦੇਖੋ, ਇਹੋ ਜਿਹੇ ਦਰਦਨਾਕ ਹਾਦਸੇ ਜਿਹੜੇ ਪਹਿਲਾਂ ਵੀ ਬਹੁਤ ਹੋ ਚੁੱਕੇ ਨੇ, ਅਤੇ ਜਿਹੜਾ ਪਰਿਵਾਰ ਨੂੰ
ਜਿਹੜਾ ਇਨਸਾਫ ਮਿਲਣਾ ਚਾਹੀਦਾ। ਇੱਕ ਤਾਂ ਸਰਕਾਰੀ ਨੌਕਰੀਆਂ ਦਾ ਅੱਜ ਕੱਲ੍ਹ ਦੇਖੋ, ਇਹ ਵੀ ਇੱਕ ਪੰਚਾਇਤ ਵਿਭਾਗ ਦੇ ਵਿੱਚ ਨੌਕਰੀ ਕਰਦਾ ਸੀਗਾ, ਔਨ ਡਿਊਟੀ ਸੀਗਾ, ਅਤੇ ਉਹਦੀ ਜਿਹੜੀ ਦਰਦਨਾਕ ਮੌਤ ਹੋਈ ਆ, ਉਹਨਾਂ ਦੀ ਮਿਸੇਜ ਜਿਹੜੀ ਉਹਨੂੰ ਜਿਹੜਾ ਪ੍ਰਸ਼ਾਸਨ ਨੂੰ ਨੌਕਰੀ ਦੇਣੀ ਚਾਹੀਦੀ।